ਦੋਸਤੋ ਇੱਕ ਵਾਰੀ ਫਿਰ ਅਸੀਂ ਹਾਜ਼ਰ ਹਾਂ ਜੀ ਕੁਛ ਨਵੀਆਂ ਬੁਝਾਰਤਾਂ ਲੈ ਕੇ। ਹਰ ਵਾਰ ਅਸੀਂ ਤੁਹਾਨੂੰ 10 ਬੁਝਾਰਤਾਂ ਪੁੱਛਦੇ ਹਾਂ ਅਤੇ ਤੁਹਾਨੂੰ 12 ਸੈਕਿੰਡ ਦਾ ਟਾਈਮ ਦਿੰਦੇ ਹਾਂ ਅਤੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ 10 ਦੇ ਵਿੱਚੋਂ ਤੁਸੀਂ ਕਿੰਨੀਆਂ ਬੁਝਾਰਤਾਂ ਬੁੱਝ ਪਾਏ। ਅਤੇ ਅੱਜ ਦੀ ਪਹਿਲੀ ਬੁਝਾਰਤ ਪੁੱਛਦੇ ਹਾਂ। ਹਰੀ ਸੀ ਮਨ ਭਰੀ ਸੀ ਲਾਲ ਮੋਤੀਆਂ ਜੜੀ ਸੀ ਲਾਲਾ ਜੀ ਦੇ ਬਾਗ ਵਿੱਚ ਲੈ ਦੁਸ਼ਾਲਾ ਖੜੀ ਸੀ। ਦੋਸਤੋ ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਹਰੀ ਸੀ ਮਨ ਭਰੀ ਸੀ ਲਾਲ ਮੋਤੀਆਂ ਜੜੀ ਸੀ ਲਾਲਾ ਜੀ ਦੇ ਬਾਗ ਵਿੱਚ ਲੈ ਦੁਸ਼ਾਲਾ ਖੜੀ ਸੀ। ਅਤੇ ਇਸ ਦਾ ਸਹੀ ਜਵਾਬ ਛੱਲੀ। ਆਲਾ ਭਰਿਆ ਕੌਡੀਆਂ ਦਾ ਵਿੱਚ ਤੁੱਤ ਕਬੋਲੇ। ਦੋਸਤੋ ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਆਲਾ ਭਰਿਆ ਕੌਡੀਆਂ ਦਾ ਵਿੱਚ ਤੁੱਤ ਕਬੋਲੇ, ਅਤੇ ਇਸ ਦਾ ਸਹੀ ਜਵਾਬ ਸੀ ਜੀਬ। ਸ਼ੀਸ਼ੇ ਦੀ ਛੱਪੜੀ ਕੰਢਿਆਂ ਦੀ ਵਾੜ ਬੁੱਝਣ ਵਾਲਾ ਬੜਾ ਹੁਸ਼ਿਆਰ। ਦੋਸਤੋ ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਸ਼ੀਸ਼ੇ ਦੀ ਛੱਪੜੀ ਕੰਢਿਆਂ ਦੀ ਵਾੜ ਬੁੱਝਣ ਵਾਲਾ ਬੜਾ ਹੁਸ਼ਿਆਰ, ਇਸ ਦਾ ਸਹੀ ਜਵਾਬ ਸੀ ਅੱਖਾਂ। ਦੇਖੀ ਇੱਕ ਅਨੋਖੀ ਰਾਣੀ ਪੂਛ ਨਾਲ ਉਹ ਪੀਂਦੀ ਪਾਣੀ। ਦੋਸਤੋ ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਦੇਖੀ ਇੱਕ ਅਨੋਖੀ ਰਾਣੀ ਪੂਛ ਨਾਲ ਉਹ ਪੀਂਦੀ ਪਾਣੀ, ਅਤੇ ਇਸ ਦਾ ਸਹੀ ਜਵਾਬ ਦੀਵਾ। ਆਰ ਟਾਂਗਾ ਪਾਰ ਟਾਂਗਾ ਵਿੱਚ ਟਾਂਗਾ ਗੱਡਿਆ ਮੇਹਰ ਸਿੰਘ ਨੇ ਲੱਤ ਮਾਰੀ ਠਾ ਠਾ ਬੰਦੂਕਾਂ ਚੱਲੀਆਂ। ਦੋਸਤੋ ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਆਰ ਟਾਂਗਾ ਪਾਰ ਟਾਂਗਾ ਵਿੱਚ ਟਾਂਗਾ ਗੱਡਿਆ ਮੇਹਰ ਸਿੰਘ ਨੇ ਲੱਤ ਮਾਰੀ ਠਾ ਠਾ ਬੰਦੂਕਾਂ ਚੱਲੀਆਂ, ਇਸ ਦਾ ਸਹੀ ਜਵਾਬ ਸੀ ਦਾਣੇ ਅਤੇ ਭੱਠੀ। ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਵਣ ਚੱਲੀਆਂ। ਦੋਸਤੋ ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਵਣ ਚੱਲੀਆਂ, ਇਸ ਦਾ ਸਹੀ ਜਵਾਬ ਟਿੰਡਾਂ ਵਾਲਾ ਖੂਹ। ਤਾਂ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਅਗਲੀ ਬੁਝਾਰਤ, ਨਾ ਬੋਲ ਸਕਣ ਨਾ ਸੁਣ ਸਕਣ ਰਾਤੀ ਕਦੇ ਨਾ ਸੌਣ ਪੁਰਸ਼ ਨਾਰ ਅਲਮਾਰੀ ਅੰਦਰ ਚੁੱਪ ਕਰਕੇ ਬੈਠੇ ਰਹਿਣ। ਦੋਸਤੋ ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਨਾ ਬੋਲ ਸਕਣ ਨਾ ਸੁਣ ਸਕਣ ਰਾਤੀ ਕਦੇ ਨਾ ਸੌਣ ਪੁਰਸ਼ ਨਾਲ ਅਲਮਾਰੀ ਅੰਦਰ ਚੁੱਪ ਕਰਕੇ ਬੈਠੇ ਰਹਿਣ, ਤੋ ਇਸ ਦਾ ਸਹੀ ਜਵਾਬ ਫਰੇਮ ਵਿਚਲੀ ਤਸਵੀਰ। ਤੋ ਅਗਲੀ ਬੁਝਾਰਤ, ਆਰ ਟਾਂਗਾ ਤਰਤ ਪਟਾਂਗਾ ਛੇ ਅੱਖਾਂ ਦਸ ਟੰਗਾਂ। ਦੋਸਤੋ ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਆਰ ਟਾਂਗਾ ਧਰਤ ਪਟਾਂਗਾ ਛੇ ਅੱਖਾਂ ਦਸ ਟੰਗਾਂ, ਤਾਂ ਦੋਸਤੋ ਇਸਦਾ ਸਹੀ ਜਵਾਬ ਸੀ ਹਲਵਾਂ ਦਾ ਹਾਲੀ, ਕਿਉਂਕਿ
ਦੋ ਬਲਦ ਹੁੰਦੇ ਨੇ ਅਤੇ ਉਹਨਾਂ ਦੀਆਂ ਦੋ ਦੋ ਅੱਖਾਂ ਹੁੰਦੀਆਂ ਨੇ, ਹਾਲੀ ਦੀਆਂ ਦੋ ਅੱਖਾਂ ਅਤੇ 6 ਅੱਖਾਂ ਟੋਟਲ ਹੋ ਗਈਆਂ, ਅਤੇ ਇਸ ਤਰ੍ਹਾਂ ਬਲਦਾਂ ਦੀਆਂ 4-4 ਲੱਤਾਂ ਅਤੇ 2 ਲੱਤਾਂ ਬੰਦੇ ਦੀਆਂ, ਤਾਂ ਇਸ ਤਰ੍ਹਾਂ 10 ਟੰਗਾਂ ਹੋ ਗਈਆਂ। ਅਗਲੀ ਬਜ਼ਾਰਤ, ਜਿਹਨੇ ਵੇਖਿਆ ਉਹਨੇ ਪਹਿਨਿਆ ਨਹੀਂ, ਜਿਹਨੇ ਪਹਿਨਿਆ ਉਹਨੇ ਵੇਖਿਆ ਨਹੀਂ। ਦੋਸਤੋ, ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਜਿਹਨੇ ਵੇਖਿਆ ਉਹਨੇ ਪਹਿਨਿਆ ਨਹੀਂ, ਜਿਹਨੇ ਪਹਿਨਿਆ ਉਹਨੇ ਵੇਖਿਆ ਨਹੀਂ। ਇਸ ਦਾ ਸਹੀ ਜਵਾਬ ਸੀ ਕਫਨ। ਜਦੋਂ ਮਰੇ ਬੰਦੇ ਨੂੰ ਆਪਾਂ ਕਫਨ ਪਹਿਨਾ ਦਿੰਦੇ ਹਾਂ ਤਾਂ ਉਹ ਆਪ ਤਾਂ ਦੇਖਦਾ ਨਹੀਂ, ਪਰ ਜਿਹੜੇ ਵੇਖਣ ਵਾਲੇ ਹੁੰਦੇ ਨੇ ਉਹਨਾਂ ਨੇ ਪਹਿਨਿਆ ਨਹੀਂ ਹੁੰਦਾ। ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਆਖਰੀ ਬੁਝਾਰਤ, ਇੱਕ ਸਿੰਗੀ ਗਾਂ ਸਾਰੇ ਟੱਬਰ ਦੀ ਮਾਂ। ਦੋਸਤੋ, ਅਸੀਂ ਤੁਹਾਨੂੰ ਪੁੱਛੀ ਸੀ ਬੁਝਾਰਤ, ਇੱਕ ਸਿੰਗੀ ਗਾਂ ਸਾਰੇ ਟੱਬਰ ਦੀ ਮਾਂ, ਅਤੇ ਇਸ ਦਾ ਸਹੀ ਜਵਾਬ ਸੀ ਚੱਕੀ। ਕਿਉਂਕਿ ਚੱਕੀ ਦੇ ਉੱਤੇ ਇੱਕੋ ਹੀ ਡੰਡਾ ਲੱਗਾ ਹੁੰਦਾ ਜਿਹਨੂੰ ਘੁੰਮਾ ਕੇ ਆਪਾਂ ਚਲਾਉਂਦੇ ਹਾਂ, ਅਤੇ ਉੱਥੇ ਦਾਣੇ ਪੀਂਦੇ ਸੀ ਅਤੇ ਸਾਰਾ ਟੱਬਰ ਖਾਂਦੇ ਸੀ, ਇਸੇ ਕਰਕੇ ਅਸੀਂ ਉਹ ਚੱਕੀ ਨੂੰ ਸਾਰੇ ਟੱਬਰ ਦੀ ਮਾਂ ਕਹਿੰਦੇ ਹਾਂ। ਤਾਂ ਦੋਸਤੋ, ਇਹ ਸਨ ਅੱਜ ਦੀਆਂ ਬੁਝਾਰਤਾਂ। ਆਸ ਹੈ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣੀਆਂ। ਕੁਛ ਬੁਝਾਰਤਾਂ ਤੁਸੀਂ ਪਹਿਲਾਂ ਵੀ ਸੁਣੀਆਂ ਹੋਣੀਆਂ, ਕੁਛ ਬੁਝਾਰਤਾਂ ਤੁਹਾਨੂੰ ਨਵੀਆਂ ਲੱਗੀਆਂ ਹੋਣੀਆਂ। ਤੁਸੀਂ ਕਿੰਨੀਆਂ ਬੁਝਾਰਤਾਂ ਬੁੱਝ ਪਾਏ, ਇਸ ਦਾ ਜਵਾਬ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਦੱਸਣਾ। ਜੇ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਲਾਈਕ ਜ਼ਰੂਰ ਕਰਨਾ, ਸ਼ੇਅਰ ਵੀ ਜ਼ਰੂਰ ਕਰਨਾ, ਤਾਂ ਜੋ ਜਿਹੜਾ ਇਹ ਸਾਡੀਆਂ ਸੱਭਿਆਚਾਰਕ ਚੀਜ਼ਾਂ ਅਸੀਂ ਅੱਗੇ ਤੋਰ ਸਕੀਏ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਤਦ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰੱਖਾ।